ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਆਦਮਪੁਰ। ਉਹਨਾਂ ਵੱਲੋਂ ਖੇਤਰ ਦੇ ਵਿਕਾਸ ਲਈ ਕਈ ਜ਼ਰੂਰੀ ਐਲਾਨ ਕੀਤੇ ਗਏ, ਜਿਵੇਂ ਕਿ ਚਾਰ ਮਾਰਗੀਕਰਨ ਅਤੇ ਬਿਸਤ ਦੁਆਬਾ ਨਹਿਰ ਕਿਨਾਰਿਆਂ ਨੂੰ ਪੱਕਾ ਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਕਰੀਬ 157 ਕਰੋੜ ਦੀ ਲਾਗਤ ਵਾਲੇ ਪ੍ਰੋਜੈਕਟਾਂ ਵਿੱਚ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ, ਬੱਸ ਅੱਡੇ ਦਾ ਨਵੀਨੀਕਰਨ ਅਤੇ ਸਿਟੀ ਸੈਂਟਰ ਦਾ ਵਿਕਾਸ ਅਤੇ ਜਲ ਸਪਲਾਈ ਸੀਵਰੇਜ ਪ੍ਰੋਜੈਕਟ ਤੋਂ ਇਲਾਵਾ ਸਾਰਾਗੜ੍ਹੀ ਸਟੇਡੀਅਮ ਦਾ ਨੀਂਹ ਪੱਥਰ ਆਦਿ ਸ਼ਾਮਲ ਸਨ। ਉਹਨਾਂ ਨੇ ਦੱਸਿਆ ਕਿ ਸਿਟੀ ਸੈਂਟਰ ਵਿੱਚ ਅੰਬੇਡਕਰ ਭਵਨ ਤੋਂ ਇਲਾਵਾ ਕਰੀਬ 400 ਦੁਕਾਨਾਂ, 100 ਬੂਥ, ਪਾਰਕਿੰਗ ਅਤੇ ਲਿਫਟ ਆਦਿ ਦੀ ਸਹੂਲਤ ਵੀ ਹੋਵੇਗੀ। 5000 ਸੀਟਸ ਵਾਲਾ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਚੰਨੀ ਜੀ ਨੇ ਕਿਹਾ ਕਿ ਨੌਜਵਾਨਾਂ ਵਿੱਚ ਇਸ ਨੂੰ ਦੇਖ ਕੇ ਖੇਡਾਂ ਪ੍ਰਤੀ ਉਤਸ਼ਾਹ ਵਧੇਗਾ ਅਤੇ ਇਸੇ ਤਰ੍ਹਾਂ ਆਦਮਪੁਰ ਬੱਸ ਸਟੈਂਡ ਨੂੰ ਵੀ ਆਧੁਨਿਕ ਰੂਪ ਦਿੱਤਾ ਜਾਵੇਗਾ, ਜਿਸ ਵਿੱਚ ਰੇਹੜੀ ਫੜੀ ਵਾਲਿਆਂ ਲਈ ਬੂਥ, ਜਨਤਕ ਸਹੂਲਤਾਂ ਆਦਿ ਦੀ ਸੁਵਿਧਾ ਹੋਵੇਗੀ। ਬੱਸ ਸਟੈਂਡ ਦਾ ਪ੍ਰੋਜੈਕਟ ਕਰੀਬ 150 ਕਰੋੜ ਦੀ ਲਾਗਤ ਨਾਲ ਪੂਰਾ ਹੋਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਨੇ ਖੇਤਰ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੁਝ ਹੋਰ ਵੀ ਜ਼ਰੂਰੀ ਐਲਾਨ ਕੀਤੇ। ਲਾਈਵ ਪੰਜਾਬ ਨਿਊਜ਼ ਤੋਂ ਪਰਮਜੀਤ ਸਾਬੀ ਦੀ ਖਾਸ ਰਿਪੋਰਟ। ਸਾਰਾ ਸਮਾਜ ਇੱਕ ਤਰਫੇ ਹੋਵੇ, ਰਜਵਾੜੇ ਇਹ ਲੋਕ ਅਮੀਰ ਹੈ, ਇਹ ਇੱਕ ਕਲਾਸ ਹੈ ਜਿਹੜੀ ਆਪਸ ਦੇ ਵਿੱਚ ਜੁੜੀ ਵੀ ਹੈ ਉੱਪਰ ਤੇ ਥੱਲੇ ਬੇਵਕੂਫ ਬਣਾ ਕੇ ਉੱਤਰ ਕਾਟੋ ਮੇਰੀ ਵਾਰੀ ਇੱਕੋ ਅੱਜ ਦਾ ਇੱਕੋ ਅੱਜ ਦਾ ਇੱਥੇ ਹੁਣ ਖਤਮ ਹੋ ਗਈ ਹੈ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਹੁਣ BSP ਜਾਂ ਹੋਰ ਕੋਈ ਪਾਰਟੀ ਨੂੰ ਛੱਡ ਕੇ ਸਾਰਿਆਂ ਨੇ ਇਕੱਠੇ ਹੋਣਾ ਹੈ। ਅਸੀਂ ਬਿਜਲੀ ਦੇ ਪੁਰਾਣੇ ਬਕਾਏ ਮਾਫ ਕੀਤੇ ਹੈ, 1500 ਕਰੋੜ ਰੁਪਇਆ ਮਾਫ ਕੀਤਾ, ਜਿਹਦੇ ਵਿੱਚ 2 ਕਿਲੋ ਵਾਟ ਦੇ ਜਿਹਦੀ 2 ਕਿਲੋ ਵਾਟ ਤੱਕ ਦਾ ਚਾਹੇ ਉਹ ਕਿਸੇ ਕਾਸਟ ਦਾ ਕਿਸੇ ਧਰਮ ਦਾ, ਉਹਨਾਂ ਦੇ ਪੁਰਾਣੇ ਬਕਾਏ ਮਾਫ ਹੋ ਗਏ। ਤੁਹਾਡੇ ਪਿੰਡਾਂ ਦੇ ਵਿੱਚ ਜਿਹੜੀ ਮੋਟਰ ਚੱਲ ਕੇ ਪਿੰਡ ਨੂੰ ਪਾਣੀ ਦਿੰਦੀ ਹੈ, ਜਿਸ ਤਰ੍ਹਾਂ ਖੇਤਾਂ ਦੀਆਂ ਮੋਟਰਾਂ ਮਾਫ ਹੈ, ਉਹ ਮੋਟਰ ਦੇ ਬਿੱਲ ਮਾਫ ਕਰ ਦਿੱਤੇ ਹੈ, 1200 ਕਰੋੜ ਰੁਪਇਆ ਮਾਫ ਕੀਤਾ। ਤੁਹਾਡੇ ਪਾਣੀ ਦੇ ਬਿੱਲ ਪਹਿਲਾਂ 160 ਰੁਪਇਆ ਆਉਂਦਾ ਸੀ, ਹੁਣ ਸਿਰਫ ਖਰਚਾ ਤੁਹਾਡੇ ਲਈ ਕਰਨਾ ਜਿਹੜਾ ਮੋਟਰ ਚਲਾਉਂਦਾ ਉਹਦਾ ਤੇ ਮੈਂਟੇਨੈਂਸ ਦਾ 50 ਰੁਪਏ ਸਿਰਫ ਆਏ ਕਰਨਾ, ਤੇ ਪਾਣੀ ਦੇ ਪੁਰਾਣੇ ਰਹਿੰਦੇ ਬਿੱਲ ਸਾਰਿਆਂ ਨੂੰ ਲੀਕ ਮਾਰਤੀ ਤੁਹਾਨੂੰ ਹੁਣ ਕੋਈ ਦੇਣ, ਜਿਹੜੇ 200 ਯੂਨਿਟ ਤੱਕ 21 ਲੱਖ ਪਰਿਵਾਰ ਦੇ ਮਾਫ ਹੈ ਉਹ ਉਸੇ ਤਰ੍ਹਾਂ ਮਾਫ ਰਹਿਣਗੇ, ਉਸ ਦੇ ਉੱਪਰ ਦਾ ਵੀ ਬਿੱਲ ਜਿਹੜਾ ਉਹ ਅੱਧਾ ਆਏ ਕਰੇਗਾ। ਵੱਡੀਆਂ ਰਾਹਤਾਂ, ਮੈਂ ਵੀ ਪਿੰਡ ਦੇ ਵਿੱਚ ਜੰਮਿਆ, ਸਾਡਾ ਘਰ ਹੀ ਸਾਡੇ ਨਾਮ ਨਹੀਂ ਹੈ, ਹੁਣ ਤੁਹਾਡੇ ਘਰ ਸਾਰਿਆਂ ਦੇ ਸਕੀਮ ਲਿਆਂਦੀ ਕਿ ਮੇਰਾ ਘਰ ਮੇਰੇ ਨਾਮ, ਉਹ ਤੁਹਾਡੇ ਨਾਮ ਕਰ ਰਹੇ ਹੈ, ਉਹਦੇ ਵਾਸਤੇ ਅਸੀਂ ਏਜੰਸੀਆਂ ਹਾਇਰ ਕੀਤੀਆਂ, ਟਾਈਮ ਲੱਗਣਾ, ਗੁਰਦਾਸਪੁਰ ਏਰੀਏ 'ਚ ਹੋ ਗਏ, ਹੁਣ ਅੱਗੇ ਵੱਧ ਰਹੇ ਹਾਂ, ਅਸੀਂ ਹੋਰ ਡਰੋਨ ਖਰੀਦੇ ਹਾਂ, ਡਰੋਨ ਦੇ ਨਾਲ ਫੋਟੋ ਉਤਰਦੀ ਹੈ, ਏਰੀਆ ਨੂੰ ਅੱਗੇ ਨਾਮ ਕਰਦੇ ਹਾਂ, ਤੇ ਉਹ ਸਾਰੇ ਤੁਹਾਡੇ ਨਾਮ ਕਰਨ ਦਾ ਪ੍ਰੋਸੀਜਰ ਸ਼ੁਰੂ ਹੋਇਆ ਹੋਇਆ, ਉਹ ਤੁਹਾਡੇ ਨਾਮ ਹੋ ਜਾਣੇ। ਸਿਟੀ ਸੈਂਟਰ ਜਿਹੜਾ ਕਿ ਕਮੇਟੀ ਆਪ ਬਣਾ ਰਹੀ ਹੈ 20 ਕਰੋੜ ਰੁਪਏ ਦੇ ਵਿੱਚ, ਸਰਕਾਰ ਦੀ ਸਹਾਇਤਾ ਹੋਈ ਉਹ ਵੀ ਪੈਸੇ ਦੇਵਾਂਗੇ, 10 ਕਰੋੜ 44 ਲੱਖ ਰੁਪਏ ਨਾਲ ਸੀਵਰੇਜ ਦਾ ਉਦਘਾਟਨ ਅੱਜ ਕੀਤਾ, ਹੁਣ ਇਹ ਸ਼ੁਰੂ ਹੋ ਜਾਏਗਾ ਕੰਮ। ਆਹ ਜਿਹੜੀ ਨਹਿਰ ਚੱਲ ਰਹੀ ਹੈ ਇਹਨੂੰ ਪੱਕਾ ਕਰ ਰਹੇ ਹਨ, 81 ਕਰੋੜ ਰੁਪਇਆ ਲੱਗਣਾ, ਲੇਕਿਨ ਮੈਨੂੰ ਪਤਾ ਲੱਗਿਆ ਯਾਰ ਉਹ ਜਿਸ ਤਰ੍ਹਾਂ ਕਹਿੰਦੇ ਵੀ ਕੱਟੇ ਨੂੰ ਮਣ ਦੁੱਧਾ ਕਿਆ ਪਾਉ ਹੈ, ਮੈਂ ਜਿੰਨਾ ਮਰਜ਼ੀ ਦੁੱਧ ਦਿੰਦੀ ਹੋਵੇ ਕੱਟੇ ਨੂੰ ਤਾਂ ਕਿਸੇ ਨੇ ਚੁੰਘਣ ਨਹੀਂ ਦੇਣਾ, ਇਹ ਇੱਕ ਮੁਹਾਵਰਾ ਹੈ ਪੰਜਾਬ ਦਾ, ਕਹਿੰਦੇ ਜੀ ਮੈਨੂੰ ਨਹਿਰ ਤਾਂ ਲੱਗਣੀ ਲੇਕਿਨ ਇਹਦਾ ਪਾਣੀ ਆਦਮਪੁਰ ਨੂੰ ਨਹੀਂ ਮਿਲਦਾ, ਸੋ ਅੱਜ ਮੈਂ ਆਰਡਰ ਕਰ ਰਿਹਾ ਕਿ ਇਸੇ ਨਹਿਰ ਤੋਂ ਆਦਮਪੁਰ ਨੂੰ ਵੀ ਪਾਣੀ ਮਿਲੇ। ਜਿੰਦਾਬਾਦ, ਜਿੰਦਾਬਾਦ।
मैं केंद्र सरकार दे नाल पहुंच करांगा कि इस हवाई अड्डे का नाम गुरु रविदास जी के नाम से रखा है। केंद्र सरकार दे सड़कां चाहे चौड़ियां करा दो चाहे कच्चियां नूं पक्कियां करा दो जिस तरह है कहणगे उस तरह करो। चौधरी संतोख सिंह जी, चौधरी सुरिंदर सिंह जी, कमलजीत सिंह लाले जी, साडे एक्स एम एल ए साहब दर्शन सिंह करबल जी, सतनाम सिंह खोजा जी, सत्या देवी जी, दशविंदर कुमार जी, ब्लॉक प्रधान राणा जी, गुरदीप कुमार जी, मेरे सामने बैठे ब्लॉक समिति दे विच बड़ी गिनती दे विच इकट्ठे होके बैठे आई भाई अंकल जी, दुआबा पंजाब दा दिल है ते पंजाब दा मोरी एरिया मैं बनाना चाहुंदा। कई वीर ने कहा जी साड़ी ऐसे अड़गोले रह गए सानू संभालिया नहीं गया, जे अज तक तुहानू किसी ने गोद नहीं लिया तो मैं तुहानू हाथ जोड़ के बेनती करता मैनू गोद ले लो। आदमपुर ने कांग्रेस पार्टी से बहुत बड़ा आसान किया हो जदों राज कालिया दा सी ते बाहर नहीं सी कोई फटका तुसी उदों भी बाई इलेक्शन जिताई सी इस गल दा मैनूं एहसास है। ए ठीक है उस ते बाद नहीं पुछया तुसी तीन बार अकालिया नूं जिताया तुहाडी गलती नहीं है, गलती कांग्रेस की है कि गौर नहीं कीती गई। सो मैं अज तुहाडे विचकार दुआबे च दर्द नहीं रहा, इन्हां ने हमेशा बीएसपी नूं गरीब लोगों नूं गरीब लोगों की पार्टी नूं बीएसपी माड़ी नहीं है लेकिन अकाली दल ने हमेशा इन्हां नूं मिसयूज करिया अपने फायदे वास्ते वरत्या। बीएसपी जिथे कदे जीतते ही नहीं
बीएसपी वाले जितने भी वोट है ਹੁਸ਼ਿਆਰਪੁਰ ਦੀ ਟੀਮ ਤੇ ਦੀ ਬੀਐਸਪੀ ਨੂੰ ਬੀਐਸਪੀ ਦਾ ਕੰਬੀ ਜਿਹੜੀ ਵੀ ਆਦਮਪੁਰ ਦੀ ਦਿੰਦੇ ਜਿੱਤੇ ਇਹਨਾਂ ਦੀ ਵੋਟ ਸੀ ਜਾਂ ਆਦਮਪੁਰ ਦੀ ਜਿੱਤੀ ਕਿਉਂਕਿ ਇੱਥੇ ਉਹ ਆਪ ਦਾ ਜਿੱਤ ਸਕਦੇ ਜਿੱਤਦੇ ਹੈ ਉਰੇ ਨਹੀਂ ਜਿੱਤੀ ਹੁਸ਼ਿਆਰਪੁਰ ਦੀ ਦਿੱਤੀ ਜਿੱਤੇ ਇਹਨਾਂ ਦੀ ਵੋਟ ਹੈ ਪਠਾਨਕੋਟ ਸ਼ਹਿਰ ਦੀ ਦਿੱਤੀ ਜਿੱਤੇ ਵੋਟ ਹੈ ਜੀ ਇਹ ਧੋਖੇਬਾਜ਼ ਲੋਕ ਹੈ ਅੰਦਰ ਖਾਂਦੇ ਬੀਜੇਪੀ ਦੇ ਨਾਲ ਹੀ ਸਮਝੌਤਾ ਹੈ लेकिन ऊपर ऊपर से बीएसपी